ਜਿਹੜਾ ਮੋਦੀ ਸਰਕਾਰ ਆ, ਹਰਸਿਮਰਤ ਆ, ਸੁਖਬੀਰ ਬਾਦਲ ਆ, ਜਿਹੜੇ ਉਹਦੇ ਭਾਈਵਾਲ ਨੇ, ਉਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ, ਉਹਨਾਂ ਦਾ ਵਿਰੋਧ ਕਰਾਂਗੇ। ਪਿੰਡੋ ਪਿੰਡੀ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ। ਤੁਹਾਡੀ ਹਰਸਿਮਰਨ ਕੌਰ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰ, ਉਹਨੇ ਵੀ ਵੋਟ ਸੈਂਟਰ ਦੇ ਹੱਕ 'ਚ ਪਾਈ ਹੈ। ਸੁਖਬੀਰ ਬਾਦਲ ਹੈ MP, ਉਹਨੇ ਵੀ ਵੋਟ ਹੱਕ 'ਚ ਪਾਈ ਹੈ। ਉਹਨਾਂ ਦਾ ਵੀ ਅਸੀਂ ਇਹ ਗੱਲ ਦਾ ਘਿਰਾਓ ਕਰਾਂਗੇ ਵੀ ਤੁਸੀਂ ਸੈਂਟਰ ਦੇ ਹੱਕ 'ਚ ਵੋਟ ਪਾ ਕੇ ਆਏ ਹੋ, ਅਸੀਂ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਵੜ ਨਹੀਂ ਦਿੰਦੇ ਪਿੰਡਾਂ 'ਚ। ਕੇਂਦਰ ਸਰਕਾਰ ਨੇ ਫਸਲਾਂ ਦੀ ਵੇਚ ਖਰੀਦ ਵਿੱਚ ਮੰਡੀਆਂ ਅਤੇ ਸੂਬਿਆਂ ਦੀਆਂ ਸਰਹੱਦਾਂ ਨੂੰ ਮੇਟ ਦਿੱਤਾ ਹੈ। ਸਭ ਫਸਲਾਂ ਨੂੰ ਜ਼ਰੂਰੀ ਜਿਨਸਾਂ ਦੀ ਸੂਚੀ 'ਚੋਂ ਬਾਹਰ ਕੱਢ ਦਿੱਤਾ ਹੈ ਅਤੇ ਨਾਲ ਹੀ ਕੰਪਨੀਆਂ ਅਤੇ ਕਿਸਾਨਾਂ ਵਿਚਾਲੇ ਠੇਕੇ ਅਤੇ ਕਾਸ਼ਤਕਾਰੀ ਦਾ ਰਸਤਾ ਵੀ ਸੌਖਾ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ, ਪਰ ਕਿਸਾਨ ਕਹਿੰਦੇ ਨੇ ਕਿ ਇਸ ਨਾਲ ਕੁਝ ਠੇਕੇਦਾਰਾਂ, ਵੱਡੀਆਂ ਕੰਪਨੀਆਂ ਅਤੇ ਵਿਚੋਲੀਆਂ ਦਾ ਫਾਇਦਾ ਹੋਵੇਗਾ। ਜਿਹੜਾ ਮੋਦੀ ਸਰਕਾਰ ਨੇ 3 ਆੜੀ ਨੇ ਜਾਰੀ ਕਰੇ ਆ ਖੇਤੀਬਾੜੀ ਵਾਲੇ, ਜਿਹੜੀ ਮੋਦੀ ਸਰਕਾਰ ਬਾਹਰਲੀਆਂ ਕੰਪਨੀਆਂ ਨੂੰ ਕਰੋਨਾ ਦੀ ਆੜ ਲੈ ਕੇ ਕਿਸਾਨਾਂ ਦੇ ਉੱਤੇ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਆ। ਜਿਹੜੀ ਇੱਕ ਦੇਸ਼ ਇੱਕ ਮੰਡੀ ਬਣਾਉਣ ਜਾ ਰਿਹਾ ਮੋਦੀ, ਵੀ ਉਹ ਬਣਾ ਰਿਹਾ ਜੀ, ਤਾਂ ਇੱਕ ਛੋਟੀ ਆਈ ਕਿਸਾਨ ਨੂੰ ਜਿੱਥੇ ਮਰਜ਼ੀ ਤੁਹਾਡਾ ਚਿੱਤ ਮੰਨਿਆ, ਝੋਨਾ ਅਤੇ ਕਣਕ ਤੁਸੀਂ ਲਿਜਾ ਕੇ ਵੇਚ ਰਹੇ ਹੋ, ਜਿਹੜਾ ਉਹ ਛਿੱਟੇ ਪਹਿਲਾਂ ਜਿਹੜੇ 'ਚ ਕੀਤੇ ਨੇ, ਅੱਜ ਬਿਹਾਰ ਯੂਪੀ ਦੇ ਮਾੜੇ ਨਿਕਲੇ ਨੇ। ਅਸੀਂ ਸਰਕਾਰ ਨੂੰ ਅਪੀਲ ਵਾਰ ਵਾਰ ਇਹ ਕਰਦੇ ਹਾਂ ਵੀ ਇਹਦਾ ਛਿੱਟੇ ਮਾੜੇ ਨਿਕਲਣਗੇ। ਕਿਸਾਨਾਂ ਨੂੰ ਡਰ ਹੈ ਕਿ ਜਿਹੜੀ ਘੱਟੋ ਘੱਟ ਤੈਅ ਕੀਮਤ ਹੈ MSP, ਉਹ ਵੀ ਬੰਦ ਕੀਤੀ ਜਾਵੇਗੀ ਅਤੇ ਖਰੀਦ ਵਿੱਚ ਸਰਕਾਰੀ ਦਖਲ ਘਟਣ ਨਾਲ ਬਾਜ਼ਾਰ ਦਾ ਸਵਾਰਥ ਭਾਰੂ ਹੋ ਜਾਵੇਗਾ। ਕੇਂਦਰੀ ਪੱਧਰ 'ਤੇ ਹੀ ਬਿਜਲੀ ਕਾਨੂੰਨ ਦੇ ਖਰੜੇ ਨੂੰ ਲੈ ਕੇ ਵੀ ਖਦਸ਼ੇ ਨੇ ਕਿ ਕੇਂਦਰ ਸਰਕਾਰ ਜ਼ਿਆਦਾ ਤਾਕਤ ਆਪਣੇ ਕੋਲ ਲੈ ਕੇ ਸੂਬਾ ਪੱਧਰ 'ਤੇ ਕਿਸਾਨਾਂ ਅਤੇ ਗਰੀਬਾਂ ਨੂੰ ਮਿਲ ਰਹੀ ਮਦਦ ਬੰਦ ਕਰ ਦੇਵੇਗੀ। ਜਿਵੇਂ ਅੱਜ ਸਰਕਾਰੀ ਪੈਟਰੋਲ ਡੀਜ਼ਲ ਅਤੇ ਪੈਟਰੋਲ ਤੋਂ ਚੱਕਿਆ, ਡੀਜ਼ਲ ਪੈਟਰੋਲ ਦੀਆਂ ਲੋਕਡਾਊਨ ਦੇ ਦਰਾਂ 'ਚ ਹੀ 22 ਦਿਨ ਲਗਾਤਾਰ ਕੀਮਤਾਂ ਵਧੀਆਂ ਨੇ। ਆਹ ਕੁਛ ਸਾਡੇ ਜਦੋਂ ਬਿਜਲੀ ਬੋਰਡ ਪ੍ਰਾਈਵੇਟ ਕੰਪਨੀਆਂ ਨੂੰ ਦੇਤਾ, ਉਹਨੇ ਲਗਾਤਾਰ ਬਿਜਲੀ ਨੇ ਵਧਣਾ, ਇਹਨੇ ਪਹੁੰਚ ਤੋਂ ਬਾਹਰ ਹੋ ਜਾਣਾ। ਜਿਹੜੀ 5 ਕਿੱਲੇ ਤੋਂ ਥੱਲੇ ਮੋਟਰ ਹੈ ਉਹ ਮੋਟਰ ਨਹੀਂ ਰਹਿਣੀ, ਜਿਹੜਾ ਮਜ਼ਦੂਰਾਂ ਨੂੰ 200 ਜੁਲਟ ਮਾਫ, ਉਹਨਾਂ ਦੇ ਘਰਾਂ 'ਚ ਮੀਟਰ ਨਹੀਂ ਰਹਿਣੇ। ਬਹੁਤ ਵੱਡਾ ਅਸਰ ਪੈਣਾ ਬਰਬਾਦੀ ਦੇ ਰਾਹ 'ਤੇ। 25 ਤੋਂ ਲੈ ਕੇ 29 ਤੱਕ ਫਿਲਹਾਲ ਸਾਡੇ ਮੋਰਚੇ ਲੱਗੇ ਹੋਏ ਨੇਗੇ ਪਿੰਡ ਦੇ ਵਿੱਚ, ਅਰਥੀਆਂ ਫੂਕਾਂਗੇ ਇਹਨਾਂ ਦੀਆਂ, ਸਿਰ ਵੱਢਵੀਂ ਲੜਾਈ ਆਉਣੀ ਹੈ, ਸਾਨੂੰ ਪਤਾ ਇਹ ਗੱਲ ਦਾ। ਵਿਰੋਧ ਮੁੱਖ ਰੂਪ ਵਿੱਚ ਕੇਂਦਰ ਵਿੱਚ ਭਾਈਵਾਲ ਪਾਰਟੀਆਂ ਖਿਲਾਫ ਹੈ। ਅਕਾਲੀਆਂ ਦਾ ਚਾਹੇ ਭਾਜਪਾ ਦਾ, ਜੇ ਕੋਈ MLA ਜਾਂ MP ਆਉਂਦਾ ਹੈਗਾ, ਉਹਨਾਂ ਦਾ ਮੁਕੰਮਲ ਤੌਰ 'ਤੇ ਘਿਰਾਓ ਕਰਨ ਦਾ ਰੱਖਿਆ ਹੋਇਆ ਸਾਡਾ। ਜੇ ਹੋਰ ਕੋਈ ਦੂਜੀ ਕਿਸੇ ਪਾਰਟੀ ਦਾ, ਕਾਂਗਰਸ ਦਾ ਜਾਂ ਆਪ ਦਾ ਜਾਂ ਕਿਸੇ ਦਾ ਹੋਰ ਵੀ ਆਉਂਦਾ, ਤਾਂ ਉਹਨਾਂ ਨੂੰ ਸਵਾਲ ਜਵਾਬ ਕਰਨ ਦੇ ਉੱਤੇ ਰੱਖਿਆ ਹੋਇਆ ਸਾਡਾ। ਇਹ ਜਿੰਨਾ ਚਿਰ ਮੋਦੀ ਸਰਕਾਰ ਦਾ ਰਲ ਮਿਲ ਕੇ ਅਸੀਂ ਨੱਕ ਨਹੀਂ ਮੋੜਦੇ, ਉਹਨਾਂ ਚਿਰ ਇਹ ਲੜਾਈ ਜਾਰੀ ਰਹੂ। ਸਰਕਾਰ ਮਰਦਾਬਾਦ।